ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਰਚਨਾ ਹੈ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਜੀਵਨ ਪਰਸੰਗ ਆ ਉਸ ਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ 10ਵਾਂ ਹੈ ਬਾਬਾ ਸ੍ਰੀ ਚੰਦ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਗਰੋਂ ਦੋ ਗੁਰੂ ਸਾਹਿਬ ਸੱਚਖੰਡ ਪਿਆਰੇ ਕਰ ਚੁੱਕੇ ਹਨ ਹੁਣ ਚੌਥੇ ਸਾਹਿਬ ਗੱਦੀ ਪਰ ਹਨ ਵਿਚ ਦੋ ਗੁਰੂ ਸਾਹਿਬਾਂ ਦਾ ਸਮਾ ਲੰਘ ਚੁੱਕਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਹਬਜ਼ਾਦੇ ਸ੍ਰੀ ਚੰਨ ਜੀ ਨੇ ਵਿਚਾਰ ਕੀਤੀ ਕਿ ਚਲੋ ਸ੍ਰੀ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰੀਏ ਜੋ ਹੁਣ ਪਿਤਾ ਗੁਰੂ ਜੀ ਦੀ ਚੌਥੀ ਥਾਵੇਂ ਗਦੀ ਨਸ਼ੀਨ ਹੋਏ ਹਨ ਤੇ ਉਹਨਾਂ ਦੀ ਕੀਤੀ ਆਗਿਆ ਅਨਸਾਰ ਹੁਣ ਆਪ ਨੇ ਅੰਮ੍ਰਿਤ ਸਰੋਵਰ ਖੁਣ ਲੀਤਾ ਹੈ ਤੇ ਰੌਣਕਾਂ ਲੱਗ ਰਹੀਆਂ ਹਨ ਸੋ ਆਪ ਜੀ ਰਾਮਦਾਸਪੁਰਾ ਸ੍ਰੀ ਗੁਰੂ ਜੀ ਨੇ ਆਪਣੇ ਪਰ ਪਿਤਾਮਾ ਗੁਰੂ ਦੇ ਸਹਬਜ਼ਾਦੇ ਜਾਣ ਕੇ ਅਗੋਂ ਆਦਰ ਨਾਲ ਲੈ ਆਂਦਾ ਤੇ ਸੋਹਣੇ ਘਰ ਵਿੱਚ ਨਿਵਾਸ ਦਿੱਤਾ ਲੋਹੜੇ ਪੈਰ ਜਦ ਦੀਵਾਨ ਸਜਿਆ ਰਬਾਬੀਆਂ ਨੇ ਆ ਕੇ ਕੀਰਤਨ ਕੀਤਾ ਅਨੰੰ ਮੰਗਲਚਾਰ ਹੋਏ ਸ੍ਰੀ ਚੰਦ ਜੀ ਦੀ ਕੰਨੀ ਵੀ ਦੂਸਰੀ ਤੀਸਰੀ ਚੌਥੀ ਪਾਛਾਈ ਦੇ ਸ਼ਬਦ ਪਏ ਤਦ ਗਦਗਦ ਹੋ ਗਏ ਕਿ ਮੇਰੇ ਪਿਤਾ ਜੀ ਦੇ ਚੁਣੇ ਨਿਵਾਜੇ ਤੇ ਦਾਤਾ ਨਾਲ ਵਰਸਾਏ ਗਦੀ ਨਸ਼ੀਨ ਬਾਣੀ ਵੀ ਮੇਰੇ ਹੀ ਪਿਤਾ ਵਰਗੀ ਇਲਾਹੀ ਰੰਗ ਰੰਗੀ ਉਚਾਰਦੇ ਰਹੇ ਹਨ ਖੁਸ਼ ਹੋਏ ਕਿ ਪਿਤਾ ਜੀ ਜੋ ਕੁਝ ਕਰ ਗਏ ਹਨ ਇਹੋ ਠੀਕ ਸੀ ਫਿਰ ਜੀਵੇ ਚ ਆਈ ਕਿ ਸਾਰੀ ਗਰੀਬੀ ਗੁਰੂ ਨਾਨਕ ਸਾਹਿਬ ਵਿੱਚ ਸੀ ਦੇਖੀਏ ਉਹ ਸ਼ਾਇਦ ਇਸ ਚੌਥੇ ਗਦੀ ਨਸ਼ੀਨ ਵਿੱਚ ਹੈ ਕਿ ਨਹੀਂ ਤਦ ਬਿਲਾਸ ਨਾਲ ਪੁੱਛਣ ਲੱਗੇ ਸੁਣਾਓ ਜੀਉ ਜੀ ਦਾੜਾ ਕਿਉਂ ਇਤਨਾ ਲੰਮਾ ਕੀਤਾ ਨੇ ਤਨ ਨਿਮਰਤਾ ਦੇ ਰੂਪ ਸ੍ਰੀ ਗੁਰੂ ਰਾਮਦਾਸ ਜੀ ਬੋਲੇ ਆਪ ਜੈਸੇ ਸਤਪੁਰਖਾਂ ਦੇ ਚਰਨ ਝਾਣਨੇ ਵਾਸਤੇ ਇਹ ਸੁਣਦੇ ਹੀ ਸ੍ਰੀ ਚੰਨ ਜੀ ਨੇ ਆਖਿਆ ਤਨ ਹੋ ਆਪ ਤਨ ਹੋ ਤੁਸੀਂ ਪਿਤਾ ਗੁਰੂ ਦੀ ਗੁਰਗਾਦੀ ਦੇ ਸਹਯੋਗ ਗੁਰੂ ਹੋ ਹਾਂ ਇਹੋ ਕਮਾਲ ਸ੍ਰੀ ਗੁਰੂ ਅੰਗਦ ਵਿੱਚ ਸੀ ਇਹੋ ਤੁਸਾਂ ਵਿੱਚ ਹੈ ਇਸੇ ਕਮਾਲ ਨਾਲ ਸशोਭਤ ਹੋਏ ਹੋ ਤੁਸੀਂ ਠੀਕ ਗੁਰੂ ਹੋ ਤੁਸੀਂ ਤਨ ਹੋ ਤੁਹਾਡੀ ਸਿੱਖੀ ਤਨ ਹੈ ਜੈਸੇ ਕਿ ਲਿਖਿਆ ਹੈ ਕਿ ਸ੍ਰੀ ਚਾਂਜੀ ਬੋਲੇ ਤੁਮਰੀ ਮਹਿਮਾ ਅਦਿਕ ਹੈ ਕਈਏ ਕਾਹੇ ਬਨਾਏ ਤੁਮਰੇ ਸਰਮੇ ਜੋ ਮੰਜੈ ਪਾਪੀ ਵੀ ਗਤ ਪਾਏ ਜਦ ਬਾਬਾ ਸ੍ਰੀ ਚਾਂਜੀ ਵਿਦਾ ਹੋਏ ਤਦ ਸ੍ਰੀ ਗੁਰੂ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਸਾਬਜ਼ਾਦੇ ਤੇ ਗੁਰੂ ਘਰ ਨਾਲ ਮਿਲਾਪ ਵਿੱਚ ਹੋ ਗਏ ਬਜ਼ੁਰਗ ਸਤਪੁਰਖ ਸਮਝ ਕੇ ਹੋਰ Satsang ਕੀਤਾ ਤੇ ਇੱਕ ਘੋੜਾ ਤੇ 500 ਰੁਪਇਆ ਵੀ ਦਿੱਤਾ ਸ੍ਰੀ ਚੰਦ ਜੀ ਅਸੀਸਾਂ ਦੇਂਦੇ ਕਰਤਾਰਪੁਰ ਨੂੰ ਪਹਾਰ ਗਏ 11ਵਾਂ ਹੈ ਅੰਮ੍ਰਿਤ ਸਰੋਵਰ ਜਾਪਦਾ ਹੈ ਕਿ ਸਮੇਂ ਦੇ ਲਗਭਗ ਸਰੋਵਰ ਦੀ ਖਣਨਾ ਹੋ ਗਈ ਸੀ ਚਾਹ ਉਹ ਸਾਰਾ ਸਰੋਵਰ ਕੱਚਾ ਸੀ ਜੈਸਾ ਕਿ ਪਿੱਛੇ ਪਾਈ ਗੁਰਦਾਸ ਜੀ ਦੇ ਵਾਕਤੋਂ ਦੱਸ ਆਏ ਹਾਂ ਕਿ ਸਰੋਵਰ ਪੂਰਨ ਖਟਿਆ ਜਾ ਚੁੱਕਿਆ ਸੀ ਤੇ ਵਿਚਾਲੇ ਸਰੋਵਰ ਅੰਮ੍ਰਿਤ ਸਰੋਵਰ ਦੇ ਜੋਤਾਂ ਜਗਦੀਆਂ ਸਨ ਸੋ ਸਹੀ ਹੁੰਦਾ ਹੈ ਕੇ ਹਰ ਮੰਦਰ ਵਾਲੀ ਥਾਂ ਥੜੇ ਵਾਂਗੂ ਸਰੋਵਰ ਦੇ ਵਿੱਚਕਾਰ ਸੀ ਤੇ ਰਸਤਾ ਅਜੇ ਉਵੇਂ ਨਿਗਰ ਜ਼ਮੀਦਾ ਹੀ ਸੀ ਪੁਲ ਦੀ ਸ਼ਕਲ ਨਾ ਸੀ ਥੜਾ ਜਾਂ ਤਾਂ ਕਨਾਤਾਂ ਤੇ ਸ਼ਾਮਿਆਨਾ ਨਾਲ ਕੀਰਤਨ ਤੇ ਦੀਵਾਨ ਲਈ ਵਰਤੀਦਾ ਸੀ ਜਾਂ ਕੋਈ ਮੰਡਪ ਦੀ ਸ਼ਕਲ ਦਾ ਆਰਜ਼ੀ ਸਾਇਦਾਰ ਤੇ ਸੁਹਾਵਣਾ ਮਕਾਨ ਸੀ ਜਿੱਥੇ ਦੀਵਾਨ ਸਜਦੇ ਸਨ ਤੇ ਸ੍ਰੀ ਗੁਰੂ ਜੀ ਆਪ ਬਿਰਾਜਦੇ ਸਨ ਜੇ ਸਰੋਵਰ ਨਾ ਪੂਰਾ ਖੁਣ ਗਿਆ ਹੁੰਦਾ ਤੇ ਜਲ ਪੂਰਤ ਨਾ ਹੁੰਦਾ ਤਾਂ ਸ੍ਰੀ ਚੰਨ ਜੀ ਇਹ ਵਰ ਕੀ ਕੋ ਦਿੰਦੇ ਤੁਮਰੇ ਸਰ ਮੇ ਜੇ ਮਜ ਹੈ ਪਾਪੀ ਵੀ ਗਤ ਪਾਏ ਪਟਾਂ ਦੇ ਸਵੀਆਂ ਵਿੱਚ ਵੀ ਇਸ ਪ੍ਰਕਾਰ ਦੇ ਵਾ ਗਾਉਂਦੇ ਹਨ RAMDAS ਸਰ ਅપર ਭਰੇ ਅੰਮ੍ਰਿਤ ਸਰੋਵਰ ਸਦ ਪਰਿਆ ਇਹਨਾਂ ਸਵੀਆਂ ਵਿੱਚ ਅੰਮ੍ਰਿਤ ਤੇ ਸਰੋਵਰ ਆਦੀ ਦੇ ਪੱਛਾਏ ਅੰਤਰੀਵ ਅਰਥਾਂ ਵਾਲੇ ਹਨ ਪਰ ਸੰਭਾਵਨਾ ਹੁੰਦੀ ਹੈ ਅਮਰਤ ਸਰ ਦੇ ਪ੍ਰਤੱਖ ਰੂਪ ਤੋਂ ਪੜ ਜਾਣ ਧੁਨੀਆਤਮਕ ਇਸ਼ਾਰੇ ਆਪਣੇ ਸਵੀਆਂ ਵਿੱਚ ਕਰਨੇ ਲਈ ਪ੍ਰੇਰਿਤ ਹੁੰਦੇ ਸਨ ਤਵਾਰੀ ਖਾਲਸਾ ਵਾਲੇ ਜੀ ਹੋ ਤਾਂ ਇਹ ਵੀ ਲਿਖਦੇ ਹਨ ਕਿ 5 ਹਾੜ 1645 ਨੂੰ ਸ੍ਰੀ ਗੁਰੂ ਰਾਮਦਾਸ ਜੀ ਨੇ ਪੱਕੀਆਂ ਇੱਟਾਂ ਤਾਲ ਕਿਨਾਰੇ ਸਟਵਾ ਕੇ ਤਾਲ ਪੱਕਾ ਕਰਨ ਦਾ ਆਰੰਭ ਕਰ ਦਿੱਤਾ ਸੀ 12ਵਾਂ ਹੈ ਸਿੱਖਾਂ ਦਾ ਨਿਤਨੇਮ ਇਹਨਾਂ ਦਿਨਾਂ ਵਿੱਚ ਹੀ ਸ੍ਰੀ ਗੁਰੂ ਜੀ ਨੇ ਸਭ ਸੰਗਤਾਂ ਦੀ ਅਗਵਾਈ ਲਈ ਇੱਕ ਸ਼ਲੋਕ ਰਚਿਆ ਇਹ ਸ਼ਲੋਕ ਹਰ ਸਿੱਖ ਦੀ ਸੰਖੇਪ ਨਿਤ ਕਿਰਿਆ ਦਾ ਉਪਦੇਸ਼ ਬਣ ਕੇ ਸਾਰੀ ਸਿੱਖੀ ਵਿੱਚ ਪ੍ਰਵਰਤ ਹੋ ਗਿਆ ਆਗਰੇ ਜਾਣ ਵੇਲੇ ਭਾਈ ਗੁਰਦਾਸ ਜੀ ਦੇ ਹੁੰਦਿਆਂ ਉਚਾਰ ਹੋ ਕੇ ਇਹ ਸ਼ਲੋਕ ਉਹਨਾਂ ਦੇ ਵੀ ਨਾਲ ਗਿਆ ਸਹੀ ਹੁੰਦਾ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਹ ਸ਼ਲੋਕ ਗੌੜੀ ਦੀ ਵਾਰ ਮਹੱਲਾ ਚੌਥਾ ਵਿੱਚ ਦਰਜ ਕੀਤਾ ਜੋ 11ਵੀਂ ਪੌੜੀ ਵਿੱਚ ਹੈ पाठ एवं है महला चौथा सतगुर का जो सिख अखाए सो भलके उठार नाम ते आवे उदम करे भलके पर भाती इश्नान करे सर नावे उपदेश गुरु हर हर जप है सब किल विख पाप दोख ले जावे फिर चढ़े दिवस गुरबाणी गावे बहंदे उठद हर नाम ते आवे जो सास गिरास ते आए मेरा हर हर ਸੋ ਗੁਰ ਸਿੱਖ ਗੁਰੂ ਮਨ ਪਾਵੇ ਜਿਸ ਨੂੰ ਦਿਆਲ ਹੋਵੇ ਮੇਰਾ ਸੁਆਮੀ ਤਿਸ ਗੁਰ ਸੇ ਗੁਰੂ ਉਪਦੇਸ਼ ਸੁਣਾਵੇ ਜਨ ਨਾਨਕ ਧੂੜ ਮੰਗੇ ਤਿਸ ਗੁਰ ਸੇ ਕੀ ਜੋ ਆਪ ਜਪੈ ਔਰੇ ਨਾਮ ਜਪਾਵੇ 13ਵਾਂ ਹੈ ਮਸੰਦ ਗੁਰੂ ਜੀ ਦੇ ਸਾਜੇ RAMDAS ਪੁਰੇ ਵਿੱਚ ਹੁਣ ਉਹ ਰੰਗ ਲੱਗ ਰਹੇ ਹਨ ਜੋ ਕਦੇ ਕਰਤਾਰਪੁਰ ਕਦੇ ਖਡੂਰ ਤੇ ਕਦੇ ਗੋਇੰਦਵਾਲ ਲੱਗਦੇ ਸਨ ਸਤਗੁਰੂ ਜੀ ਉਪਦੇਸ਼ ਕਰਦੇ ਹਨ ਤੇ ਸਿਖ ਪੌਜਲ ਤਰਦੇ ਹਨ ਜੈਸਾ ਕਿ ਲਿਖਿਆ ਹੈ ਬਾਵਨ ਚੰਦਨ ਗੁਰ ਉਪਦੇਸ਼ ਜਨਮਨ ਤਰ ਬਨਗੰਧ ਵਿਸ਼ੇਸ਼ ਗੁਰ ਕੰਤੇ ਬਰ ਬੂਨਦਨ ਪਾਏ ਚਾਤਰਕ ਸਿਖ ਸੁਨ ਪੀ ਤ੍ਰਿਪਤਾਏ ਕਿਨਹੂ ਸਿਦਾ ਲਈ ਆਠਾਰਹਿ ਕੋ ਆਤਮ ਕੋ ਰੂਪ ਵਿਚਾਰੈ ਕੋ ਪ੍ਰਭ ਸਿਮਰਨ ਕੇ ਅਨੁਰਾਗੀ ਕੋ ਦਰਸ਼ਨ ਹਰ ਚਹਿ ਵਡਭਾਗੀ ਵਿਸ਼ੇ ਵਿਰਾਕ ਕਿਨਹੂ ਕੇ ਹੋਵਾ ਕਿਨ ਹੂੰ ਸੁਖ ਨਿਜ ਅੰਤਰ ਜੋਵਾਂ ਪਰਮ ਮੋਹ ਸੰਸੈਤ ਰਹਿਤਾ ਪੂ ਸਭ ਸੰਗਤ ਕੋ ਖਾਪ ਕਲਾਪੂ ਕਰੈ ਸੰਬੰਧ ਪਰ ਕਿਰਪਾ ਕਿਰਪਾਲ ਬੰਧਨ ਕਾਟ ਦੇ ਤਤਕਾਲ ਇਉਂ ਜਗਤ ਉਧਾਰਨ ਹੋ ਰਹੀ ਸੀ ਦੂਜੇ ਪਾਸੇ ਸ੍ਰੀ ਗੁਰੂ ਜੀ ਆਪਣੇ ਪੰਥ ਲਈ ਪੱਕਾ ਕੇਂਦਰੀ ਮੰਦਰ ਸਥਾਪਨ ਕਰਨ ਦੇ ਯਤਨ ਵਿੱਚ ਸਨ ਜਿਸ ਲਈ ਕੇ ਗੁਰੂ ਅਮਰਦਾਸ ਜੀ ਤਾਕੀਦ ਕਰ ਗਏ ਹੋਏ ਸਨ ਸੋ ਤਾਲ ਖਣ ਚੁੱਕਾ ਸੀ ਤੇ ਹੁਣ ਲੋੜ ਸੀ ਕਿ ਤਾਲ ਪੱਕਾ ਕੀਤਾ ਜਾਵੇ ਤੇ ਵਿਚਾਲੇ ਪੱਕਾ ਮੰਦਰ ਸਾਜਿਆ ਜਾਵੇ ਜਿੱਥੇ ਕਿ ਦਿਨ ਰਾਤ ਹਰੀ ਕੀਰਤਨ ਹੋਇਆ ਕਰੇ ਉਧਰ ਸ਼ਹਿਰ ਜੋ ਬਣ ਰਿਹਾ ਸੀ ਵਧ ਰਿਹਾ ਸੀ ਤੀਸਰੇ ਸਤਗੁਰਾਂ ਵੇਲੇ ਸਿੱਖੀ ਦਾ ਪ੍ਰਚਾਰ ਬਹੁਤ ਵਧਿਆ ਸੀ ਪਰ ਹੁਣ ਹੋਰ ਵਧਿਆ ਸੋ ਸੰਗਤਾਂ ਦੀ ਭੀੜ-ਪਾੜ ਬਣੀ ਰਹਿੰਦੀ ਸੀ ਜਿਸ ਕਰਕੇ ਆਲੇ ਦੁਆਲੇ ਤੋਂ ਆ ਕੇ ਲੋਕ ਵਪਾਰ ਦੀ ਖਾਤਰ ਇਥੇ ਵਸਣਾ ਚਾਉਂਦੇ ਸਨ ਤੇ ਕਈ ਪ੍ਰੇਮੀ ਗੁਰਦਰਸ਼ਨਾਂ ਤੇ ਸਤਸੰਗ ਲਈ ਆ ਕੇ ਵਸ ਰਹੇ ਸਨ ਸੋ ਹਰ ਪਾਸਿਓ ਪਦਾਰਥ ਦੀ ਲੋੜ ਵਧ ਰਹੀ ਸੀ ਸ੍ਰੀ ਗੁਰੂ ਰਾਮਦਾਸ ਜੀ ਦਾ ਮਾਇਆ ਨਾਲ ਇਹ ਵਰਤਾਵਾ ਸੀ ਕਿ ਆਈ ਨੂੰ ਸਫਲ ਕਰਨਾ ਹੈ ਤੇ ਪਰਉਪਕਾਰ ਤੇ ਖਰਚਣਾ ਹੈ ਆਪਣੇ ਲਈ ਇਸ ਨਾਲ ਕੋਈ ਨਿਹੋ ਨਹੀਂ ਲਾਉਣਾ ਸਭ ਤੋਂ ਵੱਡੀ ਸਫਲਤਾ ਰੋਜ਼ ਦੀ ਲੰਗਰ ਪਰ ਹੁੰਦੀ ਸੀ ਜਿੱਥੇ ਹਰ ਵਰਣ ਤੇ ਹਰ ਜਾਤੀ ਤੇ ਹਰ ਲੋੜਵੰਦ ਨੂੰ ਅਨ ਮਿਲਦਾ ਸੀ ਹੁਣ ਹੋਰ ਖਰ ਚਰ ਮੰਦਰ ਅੰਮ੍ਰਿਤਸਰ ਸਰੋਵਰ ਲਈ ਵੱਧ ਗਿਆ ਇਸ ਲਈ ਸ੍ਰੀ ਗੁਰੂ ਜੀ ਨੇ ਮਸੰਦਾਂ ਦੀ ਥਾਪਨ ਕੀਤੀ ਅੱਗੇ ਗੁਰੂ ਘਰ ਦੇ ਵਰਸਾਏ ਗੁਰਮੁਖਾਂ ਮੰਝੀਆਂ ਸਦਵਾਂਦੇ ਤੇ ਦੂਰ ਦੂਰ ਦੇਸ਼ਾਂ ਵਿੱਚ ਪ੍ਰਚਾਰ ਕਰਦੇ ਸਨ ਇਹ ਲੋਕ ਪੂਰਨ ਮਹਾਤਮਾ ਤੇ ਉੱਚ ਜੀਵਨ ਵਾਲੇ ਗੁਰਮੁਖ ਹੁੰਦੇ ਸਨ ਸੰਗਤਾਂ ਵਿੱਚ ਬਹੁਤ ਸਨਮਾਨੇ ਤੇ ਸਤਕਾਰੇ ਜਾਂਦੇ ਸਨ ਤੇ ਸਤਨਾਮ ਦੇ ਪ੍ਰਚਾਰ ਦਾ ਕੰਮ ਸੋਹਣਾ ਕਰਦੇ ਸਨ ਮਸੰਦਾਂ ਦੇ سپرد ਇਹ ਕੰਮ ਹੋਇਆ ਕਿ ਉਹ ਜਗ੍ਹਾ-ਜਗ੍ਹਾ ਸਮੇਂ-ਸਮੇਂ ਜਾਣ ਤੇ ਜੋ ਮਾਇਆ ਪ੍ਰੇਮੀਆਂ ਨੇ ਆਪਣੀ ਖੁਸ਼ੀ ਨਾਲ ਦਸਵੰਦ ਦੀ ਕੱਢ ਕੇ ਪਾਸ ਰੱਖੀ ਹੋਈ ਹੈ ਜਾਂ ਕਿਸੇ ਸਥਾਨਕ ਮੁਖੀਏ ਪਾਸ ਜਮਾ ਕੀਤੀ ਹੋਈ ਹੈ ਯਾ ਜੇ ਮੰਝੀਆਂ ਵਾਲਿਆਂ ਪਾਸ ਦੇਣ ਲਈ ਪਈ ਹੈ ਲੈ ਆਇਆ ਕਰਨ ਤੇ ਉਹ ਮਾਇਆ ਹਰੀ ਮੰਦਰ ਤਾਲ ਤੇ ਪਰ ਸਵਾਰਤ ਦੇ ਹੋਰ ਕਮਾ ਤੇ ਲੱਗਿਆ ਕਰੇ ਮਸੰਦ ਪਦ ਫਾਰਸੀ ਦੇ ਪਦ ਮਸਨਤ ਤੋਂ ਬੋਲਚਾਲ ਵਿੱਚ ਆਇਆ ਹੈ ਮੁਗਲ ਵੱਡੇ ਅਫਸਰ ਅਕਸਰ ਮਸਨਦ ਨਸ਼ੀ ਜਾਂ ਮਸੰਦ ਜਾਂ ਮਸਨਤ ਕਹੇ ਜਾਂਦੇ ਸਨ ਪਾਦਸ਼ਾਹ ਨੂੰ ਮਸਨਦ-ਏ-ਆਲੀ ਕਹਿੰਦੇ ਸਨ ਤੇ ਕਈ ਵੇਰ ਸੂਬੇਦਾਰ ਆਦੀ ਵੀ ਇਹੋ ਕਹੇ ਜਾਂਦੇ ਸਨ ਇਸੀ ਤਰ੍ਹਾਂ ਸੱਚੇ ਪਾਤਸ਼ਾਹ ਗੁਰੂ ਜੀ ਦੇ ਮੁਖੀਏ ਇਸ ਨਾਮ ਨਾਲ ਪੁਕਾਰੇ ਗਏ ਪਿਛੋਂ ਇਹ ਪਦ ਮਸੰਦ ਰੂਪ ਲੈ ਗਿਆ ਮਸੰਦਨ ਦੇ سپرد ਦੋ ਕੰਮ ਹੁੰਦੇ ਸਨ ਗੁਰਸਿੱਖੀ ਦਾ ਪ੍ਰਚਾਰ ਕਰਨਾ ਤੇ ਦਸਵੰਦ ਇਕੱਠੇ ਹੋਏ ਲਿਆ ਕੇ ਗੁਰੂ ਦੇ ਖਜ਼ਾਨੇ ਅਰਪ ਦੇਣੇ ਫਿਰ ਕੁਛ ਚਿਰ ਗੁਰੂ ਚੱਕ ਰਹਿ ਕੇ ਸਤਸੰਗ ਤੇ ਗੁਰੂ ਉਪਦੇਸ਼ 听 ਰਹਿਣ ਗੁਰੂ ਚੱਕ ਵਿੱਚ ਰਹਿਣ ਲੱਗਿਆ ਗੁਰੂ ਜੀ ਦਾ ਵੱਡਾ ਪੁੱਤਰ ਪ੍ਰਿਥੀਚੰਦ ਜੋ ਬਹੁਤ ਸਿਆਣਾ ਚਤੁਰ ਤੇ ਕੰਮ ਕਰਨ ਵਾਲਾ ਬੰਦਾ ਸੀ ਸਾਰੇ ਕਾਰਵਿਹਾਰ ਟੋਰਨ ਲੱਗ ਪਿਆ ਸੀ ਤੇ ਇਹ ਮਸੰਦ ਪ੍ਰਣਾਲੀ ਤੇ ਮਾਇਆ ਸੰਭਾਲਣ ਦਾ ਕਾਰਜ ਵੀ ਉਹੀ ਕਰਦਾ ਸੀ ਆਗੋਂ ਸਰੋਵਰ ਲੰਗਰ ਤੇ ਹੋਰ ਖਰਚਾਂ ਦਾ ਪ੍ਰਬੰਧ ਵੀ ਪ੍ਰਿਥੀਚੰਦ ਨੇ ਹੀ ਸੰਭਾਲ ਲਿਆ ਸੀ 14ਵਾਂ ਹੈ ਸੋਮਾਸ਼ਾ ਤੁਵਾਰੀ ਖਾਲਸਾ ਵਿੱਚ ਲਿਖਿਆ ਹੈ ਕਿ ਇੱਕ ਸੋਮਾ ਨਾਮੇ ਸਿੱਖ ਜ਼ਾਤ ਦਾ ਔਰੜ ਬੰਸੀ ਜੇਲਮ ਦੇ ਰਹਿਣ ਵਾਲਾ ਗੁਰੂ ਕੇ ਚੱਕ ਆ ਰਿਆ ਇੱਕ ਗਰੀਬ ਸੀ ਗੁੰਗਣੀਆਂ ਉਬਾਲ ਕੇ ਸਰੋਵਰ ਦੀ ਕਾਰ ਸੇਵਾ ਵਾਲੇ ਥਾਂ ਆ ਵੇਚਦਾ ਹੁੰਦਾ ਸੀ ਤੇ ਜੋ ਪੈਸੇ ਖੱਟ ਕੇ ਲੈ ਜਾਂਦਾ ਸੀ ਉਸ ਵਿੱਚ ਨਿਰਵਾਹ ਕਰਦਾ ਹੁੰਦਾ ਸੀ ਇੱਕ ਦਿਨ ਸ੍ਰੀ ਗੁਰੂ ਜੀ ਬਿਲਾਸ ਦੇ ਰੰਗ ਰਤੇ ਹੋਏ ਸਰੋਵਰ ਦੇ ਕੰਢੇ ਤੇ ਆਏ ਤਾਂ ਸੋਮੇ ਪਾਸ ਖੜੋ ਗਏ ਤੇ ਬੋਲੇ ਭਈ ਸੋਮੇ ਸਾਰੀ ਵਟਕ ਸਾਨੂੰ ਦੇ ਦੇ ਉਸਨੇ ਖੁਸ਼ੀ ਨਾਲ ਦੇ ਦਿੱਤੀ ਆਪਨੇ ਹੱਸਦੇ ਹੱਸਦੇ ਮਜ਼ੂਰਾਂ ਨੂੰ ਪੈਸੇ ਵੰਡ ਦਿੱਤੇ ਪੰਜ ਦਿਨ ਇਹੀ ਕੌਤਕ ਕਰਦੇ ਰਹੇ ਸੋਮੇ ਨੇ ਨਾ ਮੱਥੇ ਵੱਟ ਪਾਇਆ ਨਾ ਨੰਕਰ ਕੀਤੀ ਹੰਸੂ ਹੰਸੂ ਕਰਦਾ ਆਪਣੀ ਕਮਾਈ ਅਰਪ ਦੇਂਦਾ ਰਿਹਾ ਸਤਿਗੁਰੂ ਜਾਣਦੇ ਸਨ ਕਿ ਇਹ ਨਾਮ ਬਾਣੀ ਦਾ ਡੂੰਗਾ ਪ੍ਰੇਮੀ ਹੈ ਇਸ ਚੋਜ ਨਾਲ ਪਰਖ ਲਿਆ ਕਿ ਇਸ ਪਰ ਬਾਣੀ ਦਾ ਅਸਰ ਤੇ ਨਾਮ ਦਾ ਪ੍ਰਭਾਵ ਪੈ ਗਿਆ ਹੈ ਜੋ ਮਾਇਆ ਨਾਲ ਮੋਹ ਟੁੱਟ ਗਿਆ ਹੈ 6ਵੇਂ ਦਿਨ ਜਦ ਆਏ ਤਾਂ ਸੋਮਾ ਅੱਗੇ ਹੱਥ ਬੰਨ ਖੜੋਤਾ ਤੇ ਅੱਜ ਆਪ ਹੀ ਅੱਜ ਦੀ ਵੱਟੀ ਮਾਇਆ ਪੇਸ਼ ਕੀਤੀ ਤਾਂ ਚੋਜੀ ਜੀ ਮੁਸਕਰਾਏ ਬੋਲੇ ਅੱਜ ਲੈਣਾ ਨਹੀਂ ਦੇਣਾ ਹੈ ਤੂੰ ਸੋਮਾ ਨਹੀਂ ਸੋਮਾ ਸ਼ਾ ਹੋਇਆ ਬਰਕਤਾਂ ਪੈਣਗੀਆਂ ਸ਼ਾ ਸਦੀਵੇਂਗਾ ਬੇਪਰਵਾ ਰਹੇਗਾ ਗੁਰਸਿੱਖੀ ਦਾ ਸੇਵਕ ਹੋਵੇਗਾ ਸੋਈ ਗੱਲ ਹੋਈ ਬਰਕਤਾਂ ਪੈ ਗਈਆਂ ਸ਼ਾ ਹੋ ਗਿਆ ਨਾਮ ਵਿੱਚ ਬਰਕਤ ਪੈ ਗਈ ਪਰਮਾਰਥ ਵਿੱਚ ਵੀ ਸ਼ਾ ਹੋ ਗਿਆ ਇਸ ਦਾ ਪੁੱਤਰ ਗੁਰਸਿੱਖੀ ਵਿੱਚ ਹੋਰ ਕਮਾਲ ਤੇ ਪਹੁੰਚਾ ਤੇ ਗੁਰੂ ਅਰਜਨ ਦੇਵ ਜੀ ਦੀ ਬਖਸ਼ਿਸ਼ ਨਾਲ ਮੁਲਤਾਨ ਆਦੀ ਪਾਸੇ ਦੀ ਮੰਜੀ ਬਖਸ਼ੀ ਗਈ ਇਸ ਦੇ ਵੰਸ਼ਜ ਮਹਿਰ ਸ਼ਾਨ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ੇ ਮਸੰਦਾਂ ਵਿੱਚ ਸੱਚਾ ਜਾਣ ਕੇ ਅੰਮ੍ਰਿਤ ਛਕਾ ਕੇ ਉਹੀ ਪਦਵੀ ਬਖਸ਼ੀ ਗੱਦੀ ਇਹਨਾਂ ਦੀ ਜੇਲਮ ਐਸੀ ਤੇ ਸਿੱਖੀ ਸੇਵਕੀ ਉਸੇ ਪੱਛਮੀ ਪਾਸੇ ਵੱਲ ਹੈ ਸੀ ਵੰਸ਼ਜ ਸਾਰੇ ਸ਼ਾਹ ਕਹਾਉਂਦੇ ਹਨ 15ਵਾਂ ਹੈ ਆਦਮ ਤੇ ਭਾਈ ਭਗਤੂ ਸਿੱਧੂ ਕੁਲ ਮੈਂ जाट ਇੱਕ ਪੁਲ ਹਰੀਏ ਸੁਭਗੋਤ ਆਦਮ ਜਿਸ ਕੋ ਨਾਮ ਹੈ ਕਰ ਸੰਤਤ ਨਾ ਹੋਤ ਇਸ ਆਦਮ ਨੇ ਜਿਸ ਦਾ ਨਾਮ ਕਈ ਉਦਮ ਵੀ ਦੱਸਦੇ ਹਨ ਬਹੁਤ ਸਾਧੂ ਸੰਸੇਵ ਪਰ ਔਲਾਦ ਨਾ ਹੋਈ ਉਮਰਾਂ ਵਡੇਰੇ ਹੋ ਗਈ ਤਾਂ ਇੱਕ ਸਿੱਖ ਮਿਲਿਆ ਉਸ ਨੇ ਇਸ ਦੀ ਥੋੜਾ ਸੁਣ ਕੇ ਕਿਹਾ ਗੁਰੂ ਨਾਨਕ ਦੇਵ ਜੀ ਦੀ ਗੱਦੀ ਤੇ ਸ੍ਰੀ ਗੁਰੂ ਰਾਮਦਾਸ ਜੀ ਰਾਮਦਾਸ ਪੁਰ ਵਸਾ ਕੇ ਲੋਕ ਪਰਲੋਕ ਦੇ ਸੁਖਦਾਤਾ ਬਣ ਰਹੇ ਹਨ ਚਰਨ ਸ਼ਰਨ ਜਾ ਪ੍ਰਾਪਤ ਹੋ ਸੁਣ ਕੇ ਆਦਮ ਇਸਤਰੀ ਸਣੇ ਜਾ ਗੁਰੂ ਕੇ ਚੱਕ ਰਿਆ ਰੋਜ਼ ਦੋ ਪਾਰ ਲਕਣਾ ਦੇ ਲਿਆਵੇ ਇੱਕ ਤਾਂ ਗੁਰੂ ਕੇ ਲੰਗਰ ਵਿੱਚ ਪਹੁੰਚਾ ਦੇਵੇ ਇੱਕ ਆਪਣੇ ਘਰ ਜੋ ਵਲਗਣ ਵਾਲੀ ਸੀ ਉਸ ਦੇ ਅੰਦਰ ਖੁੱਲੇ ਥਾਂ ਜਮਾ ਕਰੇ ਦੋ ਵੇਲੇ ਕੀਰਤਨ ਸੁਣੇ ਜਿਥੋਂ ਬਾਣੀ ਪੜਨ ਤੇ ਵਾਹਿਗੁਰੂ ਵਾਹਿਗੁਰੂ ਕਰਦੇ ਰਹਿਣ ਦੀ શુભ ਬਾਣ ਪੈ ਗਈ 6 ਮਹੀਨੇ ਇਸ ਤਰ੍ਹਾਂ ਬੀਤੇ ਗੁਰੂ ਕੇ ਚਰਨਾਂ ਨਾਲ ਅਤਿ ਪ੍ਰੇਮ ਹੋ ਗਿਆ ਇੱਕ ਵੇਰ ਗੁਰੂ ਜੀ ਕਿਸੇ ਥਾਂ ਬਾਹਰ ਗਏ ਹੋਏ ਸਨ ਜਦ ਮੁੜੇ ਤਾਂ ਨਾਲ ਬਹੁਤ ਸਾਰੀ ਸੰਗਤ ਵੀ ਆਈ ਅੱਗੇ ਵੀ ਕੁਝ ਸੰਗਤ ਬਾਹਰੋਂ ਆਈ ਹੋਈ ਸੀ ਬੜੀ ਭੀੜ ਹੋ ਗਈ ਪੋ ਦਾ ਮਹੀਨਾ ਸਰਦੀ ਕਹਿਰ ਦੀ ਸੀ ਆਦਮ ਨੇ ਜਦ ਇਹ ਹਾਲਤ ਵੇਖੀ ਤਾਂ ਸੰਗਤ ਦੀ ਸੀਤਾ ਦੁੱਖ ਦੇਖ ਨਾ ਸਕਿਆ ਜਮਾ ਕੀਤੀ ਲੱਕੜੀ ਸੰਗਤਾਂ ਦੇ ਢੇਰੇ ਢੇਰੇ ਪੁਚਾ ਦਿੱਤੀ ਕੋਈ ਢੇਰਾ ਕੋਈ ਸਿੱਖ ਵਰਵਾ ਨਾ ਰਹਿ ਗਿਆ ਸਤਿਗੁਰੂ ਜੀ ਥੋੜੀ ਦੇਰ ਅੰਦਰ ਠਹਿਰ ਕੇ ਛੇਤੀ ਸੰਗਤ ਦਾ ਦੁੱਖ ਸੁੱਖ ਦੇਖਣ ਲਈ ਬਾਹਰ ਨਿਕਲੇ ਤਾਂ ਅਗੇ ਅੰਗੀਠੇ ਜਲ ਰਹੇ ਸਨ ਸੰਗਤ ਦਾ ਸੁਖ ਦੇਖ ਕੇ ਸੁਖਦਾਤੇ ਪਸੀਜ ਪਏ ਹਾਂ ਪਸੀਜ ਪਏ ਪੁੱਛਿਆ ਇਹ ਸੇਵਾ ਕਿਨ ਕੀਤੀ ਹੈ ਰਸੋਈਏ ਨੇ ਦੱਸਿਆ ਕਿ ਇੱਕ ਸਿੱਖ ਆਦਮ ਨਾਮ ਦਾ ਹੈ 6-7 ਮਹੀਨੇ ਤੋਂ ਇੱਕ ਪਾਰ ਲੱਕੜੀ ਲੰਗਰ ਨੂੰ ਦਿੰਦਾ ਹੈ ਤੇ ਇੱਕ ਪਾਰ ਜਮਾ ਕਰਦਾ ਹੈ ਇੱਕ ਵਾੜਾ ਬਾਹਰ ਵਾਰ ਵਲ ਕੇ ਝੁੱਗੀ ਪਾ ਕੇ ਰਹਿੰਦਾ ਹੈ ਜਦ ਦੇਖੋ ਮੂੰਹੋਂ ਗੁਰੂ ਗੁਰੂ ਦੀ ਆਵਾਜ਼ ਆਉਂਦੀ ਹੈ ਅੱਜ ਉਸਨੇ ਜਮਾ ਕੀਤੀਆਂ ਲੱਕੜਾਂ ਸੰਗਤ ਨੂੰ ਪਹੁੰਚਾ ਕੇ ਸੀਧਾ ਦੁਖ ਹਰ ਲੀਤਾ ਹੈ ਇਹ ਪ੍ਰਸਾਦ ਵੀ ਲੰਗਰੋਂ ਨਹੀਂ ਛਕਦਾ ਕੁਛ ਲੱਕਣਾ ਵੇਚ ਕੇ ਉਸ ਤੋਂ ਦਾਲ ਰੋਟੀ ਖਾਂਦਾ ਹੈ ਸਤਿਗੁਰੂ ਜੀ ਉਸ ਦੀ ਕਹਾਲ ਸੁਣ ਕੇ ਦਰਵੇ ਅਗਲੇ ਪਲਕ ਜਦ ਭੋਗ ਪੈ ਗਿਆ ਤਾਂ ਸਾਇਬਾਂ ਨੇ ਯਾਦ ਕੀਤਾ ਆਦਮ ਕਿੱਥੇ ਹੈ ਆਦਮ ਹੱਥ ਜੋੜ ਕੇ ਖਲੋ ਗਿਆ ਮਿਹਰਾਂ ਦੇ ਸਾਈ ਬੋਲੇ ਤੇਰੀ ਕਹਾਲ ਥਾਂ ਪਈ ਹੈ ਮੰਗ ਤੂੰ ਮੂੰ ਮੰਗੀ ਮੁਰਾਦ ਪਾਏਗਾ ਆਦਮ ਬਿਰਧ ਹੋਣ ਕਰਕੇ ਮਨੋਰਥ ਕਰਨੋਂ ਸ਼ਰਮਾਇਆ ਜਦ ਗੁਰੂ ਜੀ ਨੇ ਫੇਰ ਕਿਹਾ ਤਾਂ ਆਖਣ ਲੱਗਾ ਆਪ ਦੇ ਦਰਸ਼ਨ ਵਿੱਚ ਸਭ ਕੁਝ ਹੈ ਅੱਜ ਸੰਗਤ ਵਿਦਾ ਹੋ ਗਈ ਆਦਮ ਵੀ ਗਿਆ ਘਰ ਜਾ ਕੇ ਗੱਲ ਦੱਸੀ ਇਸਤਰੀ ਨੇ ਕਿਹਾ ਸ਼ਰਮ ਸੰਗਿਆ ਕਿਉਂ ਕੀਤੀ ਗੁਰੂ ਤੁਠੇ ਦਾ ਸਮਾ ਹੱਥੋਂ ਗਵਾਉਣਾ ਠੀਕ ਨਾ ਸੀ ਫਿਰ ਜਦ ਮੰਗ ਮਨ ਵਿੱਚ ਹੈ ਤਦ ਗੁਰੂ ਤੋਂ ਲੁਕੋ ਕਿਉਂ ਚਲੋ ਅੱਜ ਸਾਵਧਾਨ ਹੋ ਕੇ ਮੰਗਿਏ ਅਗਲੇ ਦਿਨ ਦੀਵਾਨ ਵਿੱਚ ਕੀਰਤਨ ਤੋਂ ਮਗਰੋਂ ਸਤਿਗੁਰ ਬੋਲੇ ਆਦਮ ਹੈ ਦੰਪਤੀ ਹੱਥ ਜੋੜ ਕੇ ਖਲੋਗੇ ਸਤਿਗੁਰ ਜੀ ਬੋਲੇ ਆਦਮ ਮੰਗ ਜੋ ਮੰਗਣਾ ਹੀ ਮੰਗ ਤੋਂ ਸੰਕੋਚ ਨਾ ਕਰ ਤਦ ਅਰਜ਼ ਕੀਤੀ ਉਸ ਪਾਤਸ਼ਾਹ ਮਨ ਪੁੱਤਰ ਦਾਨ ਮੰਗਦਾ ਹੈ ਇਸ ਨੂੰ ਅਮੰਗ ਕਰੀਦਾ ਹੈ ਪਰ ਹੁੰਦਾ ਨਹੀਂ ਸਤਿਗੁਰ ਬੋਲੇ ਤੇਰੇ ਬਾਗਾ ਵਿੱਚ ਹੈ ਤਾਂ ਨਹੀਂ ਪੁੱਤਰ ਕਰਮ ਰੇ ਹੋਰਵੇਂ ਹੈ ਪਰ ਤੂੰ ਸੰਗਤ ਸੇਵ ਦੀ ਕਾਲ ਕੀਤੀ ਹੈ ਤੈਨੂੰ ਤਤਕਾਲ ਫਲ ਦਿੰਦੇ ਹਾਂ ਮੇਰਾ ਅਨਨ ਸਿੱਖ ਤੇਰੇ ਘਰ ਜਨਮੇਗਾ ਗੁਰੂ ਘਰ ਦੀ ਸੇਵਾ ਤੋਂ ਨਾ ਵਰਜੀਓ ਉਹ ਨਾਮੀ ਪੁਰਖ ਹੈ ਜੋ ਤੇਰੇ ਘਰ ਤੇਰਾ ਪੁਰਾਣਾ ਹੋ ਕੇ ਆਏਗਾ ਭਾਵ ਨਾਲ ਪਾਲੀ ਉਹ ਮੇਰਾ ਨਿਜ ਸਿੱਖ ਹੈ ਉਹ अनेका ਦਾ ਉਧਾਰ ਕਰੇਗਾ ਬੜੀ ਵੰਸ਼ ਵਾਲਾ ਹੋਵੇਗਾ ਉਸ ਦਾ ਨਾਮ ਭਗਤੂ ਰੱਖਣਾ ਵਾਹਿਗੁਰੂ ਭਗਤ ਹੋਏਗਾ ਆਸ਼ੀਰਵਾਦ ਗੁਰੂ ਕੀ ਪੂਰੀ ਹੋਈ ਆਪ ਦੇ ਘਰ ਪੁੱਤਰ ਹੋਇਆ ਗੁਰੂ ਆਗਿਆ ਮੁਜਬ ਨਾਮ ਭਗਤੂ ਰਖਿਆ ਇਹ ਭਾਰੀ ਅਨਨ ਭਗਤ ਗੁਰਕਾਰ ਦਾ ਤੇ ਵਾਹਿਗੁਰੂ ਪ੍ਰੇਮੀ ਹੋਇਆ ਸਤਵੇਂ ਗੁਰਾਂ ਤੱਕ ਗੁਰੂ ਘਰ ਦੀ ਸੇਵਾ ਕਰਦਾ ਰਿਹਾ ਇਸ ਦੇ ਵੰਸ਼ਵਾਜੋਂ ਦੇਸੂ ਸਿੰਘ ਨੇ ਕੈਥਲ ਦੀ ਰਿਆਸਤ ਬਣਾਈ ਇਸ ਦੇ ਪੋਤਰੇ ਰਾਜਾ ਉਦੇਸ ਸਿੰਘ ਨੇ ਭਾਈ ਸੰਤੋਖ ਸਿੰਘ ਕਵੀ ਰਾਜ ਨੂੰ ਪਾਸ ਰੱਖ ਕੇ ਸਨਮਾਨਿਆ ਤੇ ਸੂਰਜ ਪ੍ਰਕਾਸ਼ ਤਿਆਰ ਕਰਵਾਇਆ 16ਵਾਂ ਹੈ ਜੋਗੀ ਇੱਕ ਦਿਨ ਕੋਈ ਜੋਗੀ ਜਥਾ ਆ ਗਿਆ ਇਹਨਾਂ ਨੇ ਲੈ ਲੈ ਕਰਦੇ ਜਲ ਨਾਲ ਹਵਾ ਦੇ ਤਰੰਗਾ ਨਾਲ ਸੋਹਣੇ ਲੱਗ ਰਹੇ ਸਰੋਵਰ ਦੇ ਦਰਸ਼ਨ ਕੀਤੇ ਸਰੋਵਰ ਦੇ ਵਿਚਾਲੇ ਸੋਨਾ ਮੰਡਪ ਤੇ ਵਿੱਚ ਬਿਰਾਜ ਰਹੇ ਜੀਵਨ ਰਸ ਨਾਲ ਲਹਿਲਹਿ ਕਰਦੇ ਵੈਰਾਗ ਮੂਰਤ ਤੇ ਪ੍ਰੇਮ ਸੂਰਤ ਗੁਰੂ ਜੀ ਦੇ ਦਰਸ਼ਨ ਕੀਤੇ ਦਰਸ਼ਨ ਮਾਤਰ ਨਾਲ ਠੰਡ ਪੈ ਗਈ ਹੈਰਾਨ ਹੋ ਗਏ ਕਿ ਹੈ ਇਹ ਪ੍ਰਭਾਵ ਇਹ ਆਤਮ ਸੁੰਦਰਤਾ ਇਹ ਟਿਕਾਉ ਫਿਰ ਸੰਸਾਰਕ ਐਸ਼ ਵਰਜ ਕਮਾਲ ਹੈ ਸੱਚਮੁੱਚ ਮਾਇਆ ਦੇ ਸਾਗਰ ਵਿੱਚ ਰਹਿ ਕੇ ਬੀਤਰਾਗ ਅਲੇਪ ਮਹਾਪੁਰਖ ਆਪਣੇ ਵਰਗਾ ਰਜ ਕੇ ਗੁਰੂ ਨਾਨਕ ਨੇ ਦਿਖਾ ਦਿੱਤਾ ਹੈ ਫਿਰ ਜੀ ਵਿੱਚ ਆਏ ਕਿ ਦੇਖੀਏ ਇਸ ਮਾਇਆ ਐਸ਼ਵਰਜ ਵਿੱਚ ਇਸ ਰੂਹਾਨੀ ਔਜ ਵਿੱਚ ਉਹ ਨਿਮਰਤਾ ਹੈ ਕਿ ਨਹੀਂ ਜੋ ਗੁਰੂ ਨਾਨਕ ਵਿੱਚ ਸੀ ਉਹ ਨਿਮਰਤਾ ਕੋਈ ਧਾਰਨ ਕੀਤੀ ਹੋਈ ਸ਼ੈ ਨਹੀਂ ਸੀ ਗੁਰੂ ਨਾਨਕ ਵਿੱਚ ਤਾਂ ਉਹ ਹਉਮੈ ਦੇ ਤਿਆਗ ਦਾ ਕਮਾਲ ਸੀ ਉਸ ਹਉં అతి ਤਾਈ ਤੇ ਫਿਰ ਚੜ੍ਹਦੀਆਂ ਕਲਾ ਉਸ ਕਲੀ ਦੇ અવਤਾਰ ਦੀਆਂ ਸਨ ਇਹਨਾਂ ਨੂੰ ਪਰਖੀਏ ਕਿ ਇਹ ਉਸ ਕਮਾਲ ਦੀ ਹਉ ਅਤੀਤਾਈ ਵਿੱਚ ਹਨ ਜਿੱਥੇ ਜਾ ਕੇ ਲੇਸ਼ਾ ਵਿਧਿਆ ਵੀ ਉੱਠ ਜਾਂਦੀ ਹੈ ਜੋ ਕਲਯੁਗ ਵਿੱਚ ਹੀ ਗੁਰੂ ਨਾਨਕ ਨੇ ਦਿਖਾਈ ਹੈ ਨਹੀਂ ਤਾਂ ਲੇਸ਼ਾ ਵਿਧਿਆ ਤਾਂ ਮਹਾ ਯੋਗੀਆਂ ਤੇ ਅਵਤਾਰਾਂ ਤੱਕ ਵੀ ਨਹੀਂ ਛੋੜਦੀ ਸੁਣੀਦੀ ਹੈ ਇਸ ਪ੍ਰਕਾਰ ਦੀਆਂ ਵਿਚਾਰਾਂ ਕਰਕੇ ਵਰਡ ਕੇ ਨੇ ਸ੍ਰੀ ਗੁਰੂ ਜੀ ਤੇ ਪ੍ਰਸ਼ਨ ਕੀਤਾ ਸ੍ਰੀ ਗੁਰੂ ਜੀਓ ਆਪ ਗੁਰੂ ਨਾਨਕ ਦੇਵ ਦੀ ਗੱਦੀ ਪਰ ਹੋ ਆਪ ਤੇ ਈਸ਼ਵਰ ਕਿਰਪਾ ਹੈ ਸਭ ਤਰ੍ਹਾਂ ਸੁਖੀ ਹੋ ਬਿਨਾਂ ਯੋਗ ਸਾਧਨਾ ਸਾਦੇ ਦੇ ਸਿਧੀਆਂ ਆਲੇ ਦੁਆਲੇ ਖੜੀਆਂ ਦਿਸਦੀਆਂ ਹਨ ਵਿਪੂਤੀਆਂ ਬਿਨਾਂ ਸੰयम ਸਾਧਿਆਂ ਪ੍ਰਾਪਤ ਹਨ ਸੰਸਾਰਕ ਵਿਪੋਹ ਸਾਰੀ ਆਲ-ਬਾਲ ਹੈ ਪੁੱਤਰ ਲਾਇਕ ਹਨ istri ਹੈ ਦੇਵੀ ਰੂਪ ਪਤੀ ਬ੍ਰਤਾ ਧਰਮ ਦਾ ਅਵਤਾਰ ਸਿੱਖ ਸਾਖਾ ਹਨ ਆਗਿਆਕਾਰ ਘਰ ਮੰਦਰ ਸਭ ਖੁਸ਼ੀਆਂ ਪ੍ਰਾਪਤ ਹਨ ਫਿਰ ਆਪ ਵੀ ਤਰਾਗ ਹੋ ਕਿਸੇ ਸ਼ੈ ਵਿੱਚ ਖਚਤ ਨਹੀਂ ਦਿਸਦੇ ਆਪ ਚਿਤ ਬਿਰਤੀ ਨਿਰੁਧ ਰਖਦੇ ਹੋ ਕਮਾਲ ਹੈ ਆਪ ਦੀ ਕਰਨੀ ਪਤਾ ਨਹੀਂ ਕੀ ਸੀ ਕਿ ਆਪ ਕੇਵਲ ਵਿੱਚ ਪਹੁੰਚੇ ਆਪਣੇ ਸਰੂਪ ਵਿੱਚ ਅਵਸਥਾਨਮ ਹੋ ਰਹੇ ਹੋ ਤਨ ਹੋ ਆਪ ਨਮਸਕਾਰ ਹੈ ਜੋਹਾਰ ਹੈ ਬਾਰੰਗ ਬਾਰ ਆਪ ਦੇ ਕਮਾਲ ਹੁੰਦੇ ਇਹਨਾਂ ਗੱਲਾਂ ਕਰਨ ਤੋਂ ਜੋਗੀ ਦਾ ਮਤਲਬ ਸੀ ਕਿ ਆਪ ਕੁਝ ਬੋਲਣਗੇ ਤਾਂ ਉਸ ਤੋਂ ਸੰਭਾਵਤ ਹੋ ਜਾਏਗਾ ਕਿ ਕੁਝ ਰਿਜ਼ਮ ਹੋਮੇ ਦੀ ਕੁਝ ਅਵਿਧਿਆ ਦੀ ਲੇਸ਼ ਮਾਤਰ ਜਾਂ ਕੁਝ ਕਾਣੀ ਹੈ ਕਿ ਨਹੀਂ ਸਤਿਗੁਰੂ ਜੀ ਇਹ ਸੁਣਦੇ ਗਏ ਤੇ ਸਹਿਜ ਧਿਆਨ ਆਪਣੇ ਨਾਮ ਦਾਤਾ ਸ੍ਰੀ ਗੁਰੂ ਅਮਰਦਾਸ ਜੀ ਵਿੱਚ ਲੀਨ ਹੁੰਦਾ ਗਿਆ ਆਪਣੇ ਗੁਰੂ ਨਾਲ ਆਪ ਨੂੰ ਅਖਹਿ ਪ੍ਰੇਮ ਸੀ ਜੋ ਉਹਨਾਂ ਦੇ ਸ਼ਬਦਾਂ ਤੋਂ ਪਿਆ ਹੁਣ ਤੱਕ ਪ੍ਰਗਟ ਹੁੰਦਾ ਹੈ ਆਪ ਦਾ ਦਿਲ ਦਾਤੇ ਦੇ ਸ਼ੁਕਰ ਨਾਲ ਭਰਦਾ ਗਿਆ ਮਿਹਰ ਹੀ ਮਿਹਰ ਦਾ ਆਲਮ ਛਾ ਗਿਆ ਜਿਸ ਨਾਲ ਅਭਿਆਸੀ ਯੋਗੀ ਵੀ ਪ੍ਰਭਾਵਿਤ ਹੋ ਗਏ ਹੁਣ ਆਪ ਜੀ ਦੇ ਅਤ ਖੁੱਲੇ ਨੈਣਾਂ ਵਿੱਚੋਂ ਦੋ ਚਾਰ ਮੋਤੀ ਕਿਰੇ ਫਿਰ ਅਰਸ਼ੀ ਗੱਲਾ ਖੁੱਲਿਆ ਆਲਾਪ ਵੀ ਸੁਰ ਨਿਕਲੀ ਰਬਾਬੀ ਨੇੜੇ ਹੀ ਬੈਠੇ ਸਨ ਸਮਝ ਗਏ ਕਿ ਸਤਗੁਰ ਨੇ ਕੁਝ ਗਉੜੀ ਵਿੱਚ ਉਚਾਰਨਾ ਹੈ ਉਹਨਾਂ ਵਿੱਚੋਂ ਇੱਕ ਨੇ ਰਬਾਬ ਤੇ ਦੂਏ ਨੇ ਗੁਰੂ ਅਮਰਦਾਸ ਜੀ ਦਾ ਸਾਜਿਆ ਸਰੰਦਾ ਜਾਂ ਸਰੰਦਾ ਖੋਲ ਕੇ ਗਉੜੀ ਦਾ ਆਲਾਪ ਆਰੰਭ ਦਿੱਤਾ ਤਾਂ ਸੋਹਣੇ ਗਲੇ ਤੋਂ ਅਤ ਮਿੱਠੀ ਸੁਰੀਲੀ ਸੁਰ ਵਿੱਚ ਗਾਵੇਂ ਆ ਗਿਆ ਗਉੜੀ ਬੈਰਾਗਣ ਮਹੱਲਾ ਚੌਥਾ ਕੰਚਨ ਨਾਰੀ ਮੈਂ ਜੀਓ ਲੁਬਤ ਹੈ ਮੂੰਹ ਮੀਠਾ ਮਾਇਆ कर मंदर कोड़े खुशी मन लाया हर चित न आवई क्यों छूटा मेरे हर राया मेरे राम इन नीच करम हर मेरे गुण हर हर दयाल कर कृपा बख्श अवगुण सब मेरे रहाओ किछ रूप नहीं किछ जात नाही किछ ढंग ना मेरा क्या मूल है बोले गुण भी हूं ਨਾਮ ਜਪਿਆ ਨਾ ਤੇਰਾ ਹਮ ਪਾਪੀ ਸੰਗੁਰ ਉਬਰੇ ਪੁਨ ਸਤਗੁਰ ਕੇਰਾ ਸਬ ਜਿਓ ਪਿੰਡ ਮੁਖ ਨਕ ਦੀਆ ਵਰਤਨ ਕੋ ਪਾਣੀ ਅਨ ਖਾਣਾ ਕਪੜ ਪੈਨਣ ਦੀਆ ਰਸ ਅਨ ਪੋਗਾਣੀ ਜਿੰਦੀ ਇਹ ਸੁਚਿਤ ਨ ਆਵਈ ਪਸੋਂ ਕਰ ਜਾਣੀ ਸਭ ਕੀਤਾ ਤੇਰਾ ਵਰਤਦਾ ਤੂੰ ਅੰਤਰਜਾਮੀ ਹਮ ਜੰਤ ਵਿਚਾਰੇ ਕਿਆ ਕਰੈ ਸਭ ਖੇਲ ਤਮ ਸੁਆਮੀ ਜਨ ਨਾਨਕ ਹਾਟ ਵਿਹਾਜਿਆ ਹਰ ਗੁਲਮ ਗੁਲਾਮ ਸ੍ਰੀ ਗੁਰੂ ਜੀ ਇਹ ਗਾਉਂ ਦੇ ਗਏ ਨੈਣਾ ਤੋਂ ਨਿੱਕੇ ਨਿੱਕੇ ਮੋਤੀ ਕਿਰਦੇ ਗਏ ਯੋਗੀ ਸਮਾਦ ਸਿਥੇ ਤੋਂਦੇ ਗਏ ਬੰਦ ਨੈਣਾ ਤੇ ਟਿੱਕੀਆਂ ਬਿਰਤੀਆਂ ਤੇ ਪ੍ਰਭਾਵ ਪਿਆ ਪੂਰਨ ਹਾਉ ਅਤੀਤਾਈ ਤੇ ਸ਼ੁਕਰਗੁਜ਼ਾਰੀ ਦਾ ਆਪਣੇ ਪਰਮਾਤਮਾ ਵਿੱਚ ਲੀਨਤਾ ਜਗਤ ਦੇ ਪਰਮ ਤਤ ਵਿੱਚ ਲੀਨਤਾ ਆਪਣਾ ਪ੍ਰਭਾਵ ਪਾ ਰਹੀ ਸੀ ਸਾਰਾ ਦਰਬਾਰ ਇਓ ਅਚਲ ਹੋ ਰਿਹਾ ਸੀ ਕਿ ਜਿਵੇਂ ਕੇ ਸੰਗੇ ਮਰਮਰ ਦੀਆਂ ਮੂਰਤਾਂ ਧਰੀਆਂ ਹਨ ਕੁਛ ਦਿਨ ਬਾਅਦ ਸਭ ਦੇ ਨੇਣ ਖੁੱਲੇ ਫਿਰ ਵੀ ਚੁੱਪ ਛਾਈ ਰਹੀ ਯੋਗਿਆਂ ਦੇ ਚਿਤ ਇਹ ਲਖ ਗਏ ਕਿ ਪਰਮ ਨਿਰਮਤਾ ਇਹਨਾਂ ਦੀ ਉਹ ਗੁਰੂ ਨਾਨਕ ਦੇਵ ਦੀ ਹौं ਅਤੀ ਤਾਈ ਦੀ ਲਿਖਾਇਕ ਹੈ ਦੇਖੋ ਇਹ ਨਿਰuddh ਹੋ ਕੇ ਫਿਰ ਈਸ਼ਵਰ ਅਨਗ੍ਰਹਿ ਕੋ ਕਰੇ ਹਨ ਈਸ਼ਵਰ ਤਾਂ ਨਿਰਲੇਪ ਅਸੰਗ ਹੈ ਉਸ ਨੂੰ ਕਿਸੇ ਨਾਲ ਕੀ ਤਦ ਉਸਨੇ ਫਿਰ ਪ੍ਰਸ਼ਨ ਕੀਤਾ ਸ੍ਰੀ ਗੁਰੂ ਜੀ ਆਪ ਪਰਮ ਅਤੀਤਾਈ ਦੀ ਲਖਤਾ ਵਿੱਚੋਂ ਮੇਰੇ ਭਾਣੇ ਕੇਵਲ ਹੋ ਆਪਣੇ ਸਰੂਪ ਵਿੱਚ ਸਥਿਤ ਹੋ ਈਸ਼ਵਰ ਨਿਰਲੇਪ ਅਸੰਗ ਸਭ ਗਲਤੋਂ ਅਲੇਪ ਹੈ ਆਪ ਉਸਤੇ ਫਿਰ ਅਰਦਾਸ ਤੇ ਸ਼ੁਕਰ ਵਿੱਚ ਜਾਂਦੇ ਹੋ ਇਸ ਵਿੱਚ ਫੇਰ ਕੁਝ ਪੰਬੀਰੀ ਦੇ ਖੰਮ ਵਰਗਾ ਪਰਦਾ ਨਹੀਂ ਹੋ ਜਾਂਦਾ ਜਦ ਕੇਵਲ ਹੋ ਗਿਆ ਫਿਰ ਭਗਤੀ ਕਿਸ ਦੀ ਤੇ ਕਿਉ ਸਤਿਗੁਰੂ ਪਰਮwidetilde ਰਸ ਭਰੀ ਆਵਾਜ਼ ਵਿੱਚ ਬੋਲੇ ਭਗਤੀ ਆਪਣੇ ਆਤਮ ਤਤ ਦੀ ਨਾ ਪਰ ਪਰਮ ਤਤ ਦੀ ਯੋਗੀ ਰਾਜੀ ਈਸ਼ਵਰ ਨੂੰ ਪਰਮਾਤਮਾ ਨੂੰ ਪਰਮ ਤਤਵ ਨੂੰ ਪੁਰਖ ਵਿਸ਼ੇਸ਼ ਨੂੰ ਬ੍ਰਹਮ ਨੂੰ ਭਾਈ ਆਪਣੇ ਗਜ਼ਾਂ ਨਾਲ ਮਿਲਣ ਦੀ ਨਾ ਕਰੋ ਉਹ ਅਨੰਤ ਹੈ ਬੇਅੰਤ ਹੈ ਬਿਹアド ਹੈ ਉਸ ਵਿੱਚ ਅਨੁਗ੍ਰਹਿ ਵਸਦੀ ਹੈ ਉਸ ਦਾ ਉਹ ਅਨੁਗ੍ਰਹਿ ਸਰੂਪ ਭਗਤਾਂ ਦਾ ਸਹਾਈ ਹੈ ਜਿਸ ਅਨੁਗ੍ਰਹਿ ਨਾਲ ਪ੍ਰਾਪਤੀ ਆਉਂਦੀ ਹੈ ਉਸ ਨੂੰ ਤਿਆਗਣਾ ਕਿਉਂ ਕੋਠੇ ਤੇ ਚੜ੍ਹ ਕੇ ਪੌੜੀ ਨੂੰ ਭੰਨਣਾ ਕਿਉਂ ਜੀਵ ਤਤ ਦੇ ਪਰਮ ਤਤ ਨੂੰ ਪ੍ਰਾਪਤ ਹੋ ਜਾਣ ਤੇ ਪਰਮ ਤਤਵ ਦੀ ਅਨੁਗ੍ਰਹਿ ਦੇ ਸ਼ੁਕਰ ਭਾਵ ਤੋਂ ਮੂੰਹ ਮੋੜਨਾ ਕਿਉਂ ਜੀਵ ਤਤ ਤੇ ਪਰਮ ਤਤ ਦੇ ਸੰਗਮ ਦਾ ਪ੍ਰਭਾਵ ਮਨ ਤੇ ਪ੍ਰਭਾਵਿਤ ਹੁੰਦਾ ਹੈ ਮਨ ਰਸ ਮਾਣਦਾ ਹੈ ਮਨ ਨੂੰ ਅੰਮ੍ਰਿਤ ਵਰਸ ਰਿਹਾ ਹੈ ਇਹ ਕਹਿੰਦੇ ਆ ਸੋਹਣੇ ਨੈਣ ਫਿਰਸੇ ਜਲੋਗੇ ਤੇ ਆਸਾ ਦੀ ਧੁਨੀ ਉੱਠੀ ਨਾਲ ਸਾਸ ਛਿੜ ਪਏ ਇੱਕ ਪਰਮ ਇਕਾਂਨ ਦਾ ਰਸ ਪਰਿਆ ਪ੍ਰਭਾਵ ਛਾ ਗਿਆ ਆਸਾ ਮਹੱਲਾ ਚੌਥਾ ਛੰਦ ਜਿਮ ਜਿਮੇ ਚਿਮ ਚਿਮ ਵਰਸੇ ਅੰਮ੍ਰਿਤ ਧਾਰ ਰਾਮ गुरमुखे गुरमुख नदरी राम प्यारा राम राम नाम प्यारा जगत निस्तारा राम नाम वड्याई कल जो राम नाम बोए था गुरमुख पार लंगाई हालत हलत पलत राम नाम सुहेले गुरमुख करणी सारी नानक दा दया कर देवे राम नाम निस्तारी रामो राम नाम जपिया दुख किल विखनास गवाया राम ਗੁਰ ਪਰਚੇ ਗੁਰ ਪਰਚੇ ਤੇ ਆਇਆ ਮੈਂ ਹਿਰਦੈ ਰਾਮ ਵਸਾਇਆ ਰਾਵ ਰਵਿਆ ਰਾਮ ਹਿਰਦੈ ਪਰਮਗਤ ਪਾਈ ਜਾਂ ਗੁਰ ਸ਼ਰਨ ਆਈ ਆਏ ਲੋਭ ਵਿਕਾਰ ਨਾਉ ਡੁੱਬਦੀ ਨਿਕਲੀ ਜਾਂ ਸਤਗੁਰ ਨਾਮ ਦਿੜਾਏ ਜੀ ਦਾਨ ਗੁਰਪੂਰੇ ਦੀ ਆ ਰਾਮ ਨਾਮ ਚਿਤ ਲਾਏ ਆਪ ਕਿਰਪਾਲ ਕਿਰਪਾ ਕਰ ਦੇਵੈ ਨਾਨਕ ਗੁਰ ਸ਼ਰਨ ਆਏ ਬਾਣੀ ਰਾਮ ਨਾਮ ਸੁਣੀ ਸਿਦਕਾਰ ਸਭ ਸੁਹਾਏ ਰਾਮ ਰੂਮੇ ਰੂਮ ਰੂਮ ਰੂਮੇ ਮੈਂ ਗੁਰਮੁਖ ਰਾਮ ਤੇ ਆਏ ਰਾਮ ਰਾਮ ਨਾਮ ਤੇ ਆਏ ਪਵਿਤ ਹੋਇਆ ਏ ਤਿਸ ਰੂਪ ਨ ਰੇਖਿਆ ਕਾਇ ਰਾਮੋ ਰਾਮ ਰਵਿਆ ਕਟ ਅੰਤਰ ਸਭ ਤ੍ਰਿਸ਼ਨਾ ਭੂਖ ਗਵਾਈ ਮਨ ਤਨ ਸੀਤਲ ਸੀਗਾਰ ਸਭ ਹੋਆ ਗੁਰਮਤਿ ਰਾਮ ਪ੍ਰਗਾਸਾ ਨਾਨਕ ਆਪ ਅਨਗ੍ਰਹਿ ਕੀਆ ਹਮ ਦਾਸਨ ਦਾਸਨ ਦਾਸ ਜਿਨੀ ਰਾਮੋ ਰਾਮ नाम विसारया से मनमुख मूड अपागी राम तिन अंतरे मोह व्या खिन खिन माया लागी राम माया मल लागी मूड़ पय अपागी जिन राम नाम न पाया अनेक कर्म करे अभिमानी हर रामो नाम चोराया महा बिखम जम पंथ दुहेला कालू खतमो अंधियारा नानक गुरमुख नाम ता पाए मुख द्वार ਰਾਮੋ ਰਾਮ ਨਾਮ ਗੁਰੂ ਰਾਮ ਗੁਰਮੁਖੇ ਜਾਣੇ ਰਾਮ ਇਹ ਮਨੁ ਆਖਿਨ ਊਪਯਾਲੀ ਭਰਮ ਦਾ ਇਕਤ ਕਰ ਆਣੇ ਰਾਮ ਮਨ ਇਕਤ ਕਰ ਆਣੇ ਸਭ ਗਤ ਮਿਤ ਜਾਣੇ ਹਰ ਰਾਮੋ ਨਾਮ ਰਸਾਏ ਜਨ ਕੀ ਪੈਜ ਰਖੈ ਰਾਮ ਨਾਮ ਆ ਪ੍ਰਹਿਲਾਦ ਉਦਾਰ ਤਰਾਏ ਰਾਮੋ ਰਾਮ ਰਮੋ ਰਮ ਉਚਾ ਗੁਣ ਕਹਤੇ ਆ ਅੰਤ ਨ ਪਾਇਆ ਨਾਨਕ ਰਾਮ ਨਾਮ ਸੁਣ ਪੀਨੇ ਰਾਮੇ ਨਾਮ ਸਮਾਏ ਜਿਨ ਅੰਤਰੇ ਰਾਮ ਨਾਮ ਬਸੈ ਤਿੰਨ ਚਿੰਤਾ ਸਭ ਗਵਾਇਆ ਰਾਮ ਸਭ ਅਰਥਾ ਸਭ ਧਰਮ ਮਿਲੇ ਮਨ ਚਿੰਦਿਆ ਸੋ ਫਲ ਪਾਇਆ ਰਾਮ ਮਨ ਚਿੰਦਿਆ ਫਲ ਪਾਇਆ ਰਾਮ ਨਾਮ ਤੇ ਆਇਆ ਰਾਮ ਨਾਮ ਗੁਣ ਗਾਏ ਦੁਰਮਤ ਕਬੂਦ ਗਈ ਸੁਧ ਹੋਏ ਰਾਮ ਨਾਮ ਮਨ ਲਾਏ ਸਫਲ ਜਨਮ ਸ਼ਰੀਰ ਸਭ ਹੋਆ ਜਿਤ ਰਾਮ ਨਾਮ ਪ੍ਰਗਾਸਿਆ ਨਾਨਕ ਹਰ ਪਜ ਸਦਾ ਦਿਨ ਰਾਤੀ ਗੁਰਮੁਖ ਨਿਜ ਕਰ ਵਾਸੇ जिन सरदा राम नाम लगी तिन दूजे चित न लाया राम जे धरती सब कंचन कर दी जे बिन नामे और न ना पाया राम राम नाम मन पाया परम सुख पाया अन चलदियां नाल सखाई राम नाम तन पूंजी संची ना डूबे ना जाई राम नाम इस जुग में तुलहा जमकाल नीड ना आवे नानक गुरुमुख राम पछता कर कृपा आप मिलावे ਰਾਮੋ ਰਾਮ ਨਾਮ ਸਤੇ ਸਤ ਗੁਰਮੁਖ ਜਾਣਿਆ ਰਾਮ ਸੇਵ ਕੋ ਗੁਰਸੇਵਾ ਲਾਗਾ ਜਿਨ ਮੰਤਨ ਅਰਪ ਚੜਾਇਆ ਰਾਮ ਮੰਤਨ ਅਰਪਿਆ ਬੋਤ ਮਨ ਸ਼ਰਦਿਆ ਗੁਰਸੇਵਕ ਪਾਏ ਮਿਲਾਏ ਦੀਨਾ ਨਾਥ ਜੀ ਕਾ ਦਾਤਾ ਪੂਰੇ ਗੁਰਤੇ ਪਾਏ ਗੁਰੂ ਸਿਖ ਸਿਖ ਗੁਰੂ ਹੈ ਏਕੋ ਗੁਰ ਉਪਦੇਸ਼ ਚਲਾਏ ਰਾਮ ਨਾਮ ਮੰਤ ਹਿਰਦੇ ਦੇਵੇ ਨਾਨਕ ਮਿਲਣ ਸੁਬਾਏ योगी ਸਿਆਣਾ ਸੀ ਵਿਦਵਾਨ ਵੀ ਤਕੜਾ ਸੀ ਸਾਰੇ ਸ਼ਬਦ ਦੇ ਭਾਵ ਨੂੰ ਸਮਝ ਗਿਆ ਸ਼ਬਦ ਵਿੱਚ ਗੁਰੂ ਜੀ ਨੇ ਈਸ਼ਵਰ ਅਨਗ੍ਰਹਿ ਦੇ ਸਫਾ ਪਦ ਵਰਤੇ ਸੰ ਪੂਰਨ ਪ੍ਰੇਮ ਭਗਤੀ ਮੂਲੋਂ ਈਸ਼ਵਰ ਦੇ ਪਰਣੇ ਆਸਰੇ ਹੋ ਜਾਣ ਦੀ ਤਸਵੀਰ ਬੰਨ੍ਹ ਦਿੱਤੀ ਸੀ ਤੇ ਇਹ ਨਿਰਾਵਾਕ ਰਚਨਾ ਨਹੀਂ ਸੀ ਆ ਭਗਤੀ ਰਸ ਵਿੱਚ ਮਗਨ ਸੰ ਗੁਣ ਗਾਵਨ ਦੀਆਂ ਭਗਤੀ ਰਸ ਉਮਲ ਰਹੀਆਂ ਸੀ योगी एक ता श्री गुरुजी ਦੇ ਉੱਚੇ ਖਿਆਲਾਂ ਅਤੇ ਸਰਬ ਸ਼ਾਸਤ ਗਿਆਤਾ ਹੋਣ ਦੇ ਅਸਰ ਨਾਲ ਨਿਸ਼ਚਿੰਤ ਹੁੰਦਾ ਗਿਆ ਦੂਸਰੇ ਸ਼ਬਦ ਦੀ ਮధుਰ ਰਾਗ ਤੁਨੀ ਨਾਲ ਭਗਤੀ ਰਸ ਨਾਲ ਪ੍ਰਭਾਵਿਤ ਹੁੰਦਾ ਗਿਆ ਸ਼ਬਦ ਦੇ ਮੁਗਦੇ ਸਾਰੀ ਚਰਨਾਂ ਨੂੰ ਲਪਟ ਗਿਆ ਇਤਨਾ ਪ੍ਰਭਾਵਿਤ ਹੋ ਗਿਆ ਕਿ ਸਤਿਗੁਰੂ ਜੀ ਤੋਂ ਨਾਮਦਾਨ ਲੈ ਕੇ ਭਗਤੀ ਮਾਰਗ ਵਿੱਚ ਆ ਗਿਆ ਇੱਕ ਗੱਲ ਖਿਆਲ ਕਰ ਲੈਣੀ ਚਾਹੀਦੀ ਹੈ ਕਿ ਸਤਿਗੁਰੂ ਜੀ ਦਾ ਇੱਕ ਤਰੀਕਾ ਉਪਦੇਸ਼ ਦਾ ਤੂੰ ਐਸਾ ਕਰ ਐਸਾ ਨਾ ਕਰ ਐਸੇ ਵਾਕ ਕਹਿਣ ਵਾਲਾ ਸੀ ਤਾਂ ਸੀ ਪਰ ਘੱਟ ਸੀ ਵਿਸ਼ੇਸ਼ ਸੀ ਆਪਣੇ ਦੁਆਰਾ ਉਪਦੇਸ਼ ਕਰਨਾ ਉਪਰਲਾ ਸ਼ਬਦ ਯੋਗੀ ਪ੍ਰਤੀ ਉਪਦੇਸ਼ ਸੀ ਪਰ ਆਖਿਆ ਸਭ ਕੁਝ ਆਪ ਤੇ ਕਟਾ ਕੇ ਸੀ ਫਿਰ ਦੇਖੋ ਕਿ ਉਸ ਯੋਗੀ ਤੇ ਕੀ ਉਤਮ ਅਸਰ ਹੋ ਗਿਆ 17ਵਾਂ ਹੈ ਧੜੇ ਬੰਦੀ ਇਸੀ ਤਰ੍ਹਾਂ ਸਤਿਗੁਰੂ ਜੀ ਬੈਠੇ ਸਨ ਕਿ ਕਿਸੇ ਨੇ ਆ ਕੇ ਬੇਨਤੀ ਕੀਤੀ ਕਿ ਮੇਰੇ ਵਿਰੋਧੀ ਨੇ ਇੱਕ ਧੜਾ ਬਣਾ ਲਿਆ ਹੈ ਤੇ ਹੁਣ ਮੈਨੂੰ ਉਸ ਨਾਲ ਟਕਰਾ ਕਠਨ ਹੋ ਗਿਆ ਹੈ ਮੇਰਾ ਕੋਈ ਸਾਖ ਸੈਨ ਸਜਣ ਮੇਰੇ ਨਾਲ ਧੜਾ ਨਹੀਂ ਬੰਦਾ ਸਾਰੇ ਉਸ ਨਾਲ ਜਾਰਲੇ ਹਨ ਮੇਰੇ ਤੇ ਆਪ ਰਹਿਮ ਕਰੋ ਤੇ ਬਚਾਓ ਸਤਿਗੁਰੂ ਜੀ ਨੇ ਸਾਰਾ ਹਾਲ ਸੁਣ ਕੇ ਨਿਸ਼ਚੈ ਕਰ ਲਿਆ ਕਿ ਇਹ ਸੱਚਾ ਹੈ ਨਿਰਦੋਖ ਹੈ ਤਦ ਉਸ ਨੂੰ ਉਪਦੇਸ਼ ਦਿੱਤਾ ਉਹ ਵੀ ਆਪਣੇ ਤੇ ਲਾ ਕੇ ਉਸ ਨੂੰ ਸਮੋਧ ਕੀਤਾ ਕਿ ਐਉਂ ਕਰ ਉਹ ਸ਼ਬਦ ਇਹ ਹੈ ਇੱਕ ਓੰਕਾਰ ਸਤਗੁਰ ਪ੍ਰਸਾਦ ਰਾਗ ਆਸਾ ਕਰ ਦੂਜਾ ਮਹੱਲਾ ਚੌਥਾ ਕਿਸੇ ਧੜਾ ਕੀਆ ਅੰਮ੍ਰਿਤ ਸੁਤ ਨਾਲ ਪਾਈ ਕਿਸੇ ਧੜਾ ਕੀਆ ਕੁਣਮ ਸੱਕੇ ਨਾਲ ਜਵਾਈ किसी तड़ा किया सिकदार चौधरी नाल अपने सुई हमारा तड़ा हर रहा समाई हम हर सिंह तड़ा किया मेरी हर टेक मैं हर बिन पख तड़ा अवर ना कोई हों हर गुण गाव असंख अनेक रहाओ जिन स्यों तड़े करे से जाए झूठ तड़े कर पछोताए फिर न रहे मन खोट कमाए ਹਮ ਹਰ ਸਿਓ ਧੜਾ ਕੀਆ ਜਿਸ ਕਾ ਕੋਈ ਸਮਰਥ ਨਾ ਹੈ ਇਹ ਸਭ ਧੜੇ ਮਾਇਆ ਮੋ ਪਸਾਰੀ ਮਾਇਆ ਕੋ ਲੂਜੈ ਗਾਵਾਰੀ ਜਨਮ ਮਰੈ ਜੂਏ ਬਾਜੀ ਹਾਰੀ ਹਮਰੇ ਹਰ ਧੜਾ ਜੇ ਹਲਤ ਪਲਤ ਸਭ ਸਵਾਰੀ ਕਲ ਜੁਗ ਮੈਂ ਧੜੇ ਪੰਜ ਚੋਰ ਝਗੜਾਏ ਕਾਮ ਕ੍ਰੋਧ ਲੋਭ ਮੋ ਅਭਿਮਾਨ ਵਧਾਏ ਜਿਸ ਨੂੰ ਕਿਰਪਾ ਕਰੇ ਸਤ ਸੰਗ ਮਿਲਾਏ 엄ਰਾ ਹਰ ਧੜਾ ਜਿਨ ਇਹ ਧੜੇ ਸਭ ਗਵਾਏ ਮਿੱਥਿਆ ਦੂਜਾ ਭਾਉ ਧੜੇ ਬਹਿ ਪਾਵੇ ਪਰਾਇ ਅਛਦਰ اٹਕਲੇ ਆਪਣਾ ਅਹੰਕਾਰ ਵਧਾਵੇ ਜੈਸਾ ਬੀਜੈ ਤੈਸਾ ਖਾਵੇ ਜਨਾਨਕ ਕਾ ਹਰ ਧੜਾ ਧਰਮ ਸਬ ਸ੍ਰਿਸ਼ਟ ਜਿਣ ਆਵੇ ਉਹ ਦੁਖੀਆ ਸਤਗੁਰ ਦਾ ਉਪਦੇਸ਼ ਸੁਣ ਕੇ ਐਸਾ ਪੱਕਾ ਵੈਗਰੂ ਪ੍ਰੇਮੀ ਹੋ ਗਿਆ ਕਿ ਉਸਦੇ ਵੈਰੀਆ ਨੇ ਆਪੋਂ ਵਿਰੋਧ ਛੋੜ ਦਿੱਤੇ ਜਦੋਂ ਇਹ ਸਜਣ ਸਾਲ ਕੋ ਮਗਰੋਂ ਆਇਆ ਤਾਂ ਇਸ ਦੀ ਬਿਰਤੀ ਨਾਮ ਨਾਲ ਪਰਮ ਸੁਖ ਵਿੱਚ ਸੀ ਇਸ ਦੇ ਅੰਦਰੋਂ ਨਾਮ ਨੇ ਵੈਰ ਭਾਉ ਕਰ ਦਿੱਤੇ ਸੰਤੇ ਵੈਰੀ ਵੀ ਨਰਮੀ ਖਾ ਗਏ ਸਨ ਪਰ ਇਸ ਨੂੰ ਪਰਵਾ ਨਹੀਂ ਸੀ ਰਹੀ ਹੋਈ ਕਿ ਮੇਰੀ ਦੁਨੀਆ ਵਿਗੜਦੀ ਹੈ ਕਿ ਸਵਰਦੀ ਹੈ ਇਸ ਨੂੰ ਇਹੋ ਲਗਨ ਸੀ ਲੱਗੀ ਹੋਈ ਕਿ ਮੇਰੀ ਕਿਵੇਂ ਮੇਰੇ ਵਾਹਿਗੁਰੂ ਜੀ ਨਾਲ ਰਹਿ ਬਣਾਵੇ ਗੁਰੂ ਜੀ ਦੀ ਆਗਿਆ ਕਰਨੇ ਪਰ ਇਸ ਨੇ ਆਪਣਾ ਹਾਲ ਸੰਗਤ ਵਿੱਚ ਸੁਣਾਇਆ ਤਾਂ ਸਤਿਗੁਰੂ ਨੇ ਸੰਗਤ ਨੂੰ ਇਹ ਉਪਦੇਸ਼ ਦਿੱਤਾ ਜੋ ਹੁਣ ਤੱਕ ਮਾਜ ਦੀ ਵਾਰ ਵਿੱਚ ਇੱਕ ਸ਼ਲੋਕ ਹੈ ਉਹ ਐਵੇਂ ਹੈ ਮਹੱਲਾ ਚੌਥਾ ਪਰ ਹਰ ਕਾਮ ਕਰੋ ਝੂਠ ਨਿੰਦਾ ਤਜ ਮਾਇਆ ਅਹੰਕਾਰ ਚੁਕਾਵੈ ਤਜ ਕਾਮ ਕਾਮਨੀ ਮੂਹ ਤਜੇ ਤਾਂ ਅੰਜਨ ਮਾਇ ਨਿਰੰਜਨ ਪਾਵੇ ਤਜ ਮਾਨ ਅਭਿਮਾਨ ਪੀਤ ਸੁਦਾਰਾ ਤਜ ਪਿਆਸ ਆਸ RAM ਲੇਵ ਲਾਵੇ ਨਾਨਕ ਸੱਚਾ ਮਨ ਵਸੇ ਸਾਚ ਸ਼ਬਦ ਹਰ ਨਾਮ ਵਸਾਵੇ ਗੁਰੂ ਰੂਪਿਆਰੀ ਸਾਧ ਸੰਗਤ ਜੀ ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ